ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤੋ। ਜਿਵੇਂ ਕਿ ਸਾਰੇ ਭਰਾ ਜਾਣਦੇ ਨੇ ਕਿ 5 ਤਰੀਕ ਨੂੰ ਮਲੇਰਕੋਟਲੇ ਦੀਆਂ ਸਮੂਹ ਮੁਸਲਿਮ ਜਥੇਬੰਦੀਆਂ ਵੱਲੋਂ ਫਿਲਸਤੀਨ ਦੇ ਵਿੱਚ ਜੋ ਕਤਲੋ ਗਾਰਤ ਹੋ ਰਹੀ ਹੈ, ਜੋ ਜ਼ੁਲਮ ਹੋ ਰਿਹਾ ਹੈ, ਇਜ਼ਰਾਈਲ ਵੱਲੋਂ ਪਿਛਲੇ ਅਕਤੂਬਰ ਤੋਂ ਜੋ ਉੱਥੇ ਹਮਲੇ ਸ਼ੁਰੂ ਕੀਤੇ ਗਏ ਨੇ ਔਰ ਲਗਾਤਾਰ ਉੱਥੇ ਜੈਨੋਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੱਚੇ ਭੁੱਖ ਨਾਲ ਮਰ ਰਹੇ ਨੇ, ਕੀ ਹਾਲਾਤ ਨੇ, ਮਲੀਆ ਮੇਟ ਕਰ ਦਿੱਤਾ ਗਿਆ ਗਾਜ਼ਾ ਨੂੰ ਔਰ ਸਾਡੇ ਉੱਥੇ ਮੁਸਲਿਮ ਭਰਾ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਸ ਵਕਤ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਚੁੱਕੇ ਨੇ ਔਰ ਕਾ ਉਬਾਲ ਉਬਾਲ ਕੇ ਉਹ ਰੋਣਾ ਦਾ ਉਹ ਮੰਜ਼ਰ ਦੇਖ ਕੇ ਜਿਹੜਾ ਉੱਥੇ ਦੇ ਵੀਡੀਓਜ਼ ਰਾਹੀਂ ਇੱਥੇ ਪਹੁੰਚ ਰਹੇ ਨੇ ਔਰ 5 ਤਰੀਕ ਨੂੰ ਮਲੇਰਕੋਟਲੇ ਦੇ ਸਮੂਹ ਮੁਸਲਿਮ ਜਥੇਬੰਦੀਆਂ ਵੱਲੋਂ ਇੱਕ ਪ੍ਰੋਟੈਸਟ ਸਰੰਦੀ ਗੇਟ ਜੁਮੇ ਦੀ ਨਮਾਜ਼ ਤੋਂ ਬਾਅਦ ਰੱਖਿਆ ਗਿਆ। ਉੱਥੇ ਅਪੀਲ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਰੇ ਸ਼ਹਿਰੀ ਉੱਥੇ ਤੱਕ ਪਹੁੰਚੋ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦੇ ਤੱਕ ਇਹ ਮੈਸੇਜ ਪਹੁੰਚ ਸਕੇ। ਔਰ ਦੂਸਰਾ ਜੋ ਇੱਕ ਅਹਿਮ ਐਲਾਨ ਹੈ ਜਿਹਦੇ ਵਾਸਤੇ ਅੱਜ ਇੱਥੇ ਇੱਕ ਖਸੂਸੀ ਮੀਟਿੰਗ ਅੱਜ ਕੀਤੀ ਗਈ ਸੀ ਕਿ ਉੱਥੇ ਦੀ ਜਿਹੜੀ ਆਵਾਮ ਹੈ ਇਸ ਵਕਤ ਉਹ ਖਾਣੇ ਤੋਂ ਵੀ ਮੁਹਤਾਜ ਹੋ ਚੁੱਕੀ ਹੈ। ਅਸੀਂ ਇਹ ਸੋਚ ਰਹੇ ਹਾਂ ਕਿ ਮਲੇਰਕੋਟਲਾ ਤੋਂ ਵੀ ਉੱਥੇ ਇਮਦਾਦ ਭੇਜੀ ਜਾਵੇ। ਇਸ ਦੇ ਲਈ ਕੱਲ੍ਹ ਤੋਂ ਇਨਸ਼ਾਅੱਲਾ ਸਰੰਦੀ ਗੇਟ, ਕੱਲ੍ਹ ਬੁੱਧਵਾਰ ਜ਼ੁਹਰ ਦੀ ਨਮਾਜ਼ ਤੋਂ ਬਾਅਦ ਸਰੰਦੀ ਗੇਟ ਵਿਖੇ ਇੱਕ ਕਾਊਂਟਰ ਲਗਾਇਆ ਜਾਊਗਾ ਜਿੱਥੇ ਕਿ ਇਮਦਾਦ ਇਕੱਠੀ ਕੀਤੀ ਜਾਊਗੀ। ਤੁਸੀਂ ਉੱਥੇ ਜ਼ਕਾਤ, ਇਮਦਾਦ, ਸਦਕਾ ਜਿਸ ਤਰੀਕੇ ਦੇ ਨਾਲ ਵੀ ਜੋ ਵੀ ਆਪਣੇ ਜਮ੍ਹਾਂ ਕਰਵਾ ਸਕਦੇ ਹੋ, ਹਸਬੇ ਹੈਸੀਅਤ ਦੇ ਨਾਲ, ਤੌਫੀਕ ਦੇ ਨਾਲ ਤੁਸੀਂ ਪੈਸੇ ਜਮ੍ਹਾਂ ਕਰਵਾ ਸਕਦੇ ਹੋ, ਉੱਥੇ ਕਰਵਾ ਸਕਦੇ ਹੋ। ਇਨਸ਼ਾਅੱਲਾ ਤਾਲਾ ਉਹ ਪੈਸੇ ਸਹੀ ਜ਼ਰੀਆ ਦੇ ਜ਼ਰੀਏ ਫਿਲਸਤੀਨ ਦੇ ਵਿੱਚ ਜੋ ਉੱਥੇ ਖਾਣੇ ਦੇ ਜਿਹੜੇ ਏਡ ਦੇ ਉੱਥੇ ਉਹ ਚੱਲ ਰਹੇ ਨੇ, ਸ਼ਿਬਿਰ ਚੱਲ ਰਹੇ ਨੇ, ਉੱਥੇ ਤੱਕ ਇਨਸ਼ਾਅੱਲਾ ਪਹੁੰਚਾਇਆ ਜਾਊਗਾ। ਔਰ ਅਸੀਂ ਦੁਬਾਰਾ ਤੋਂ ਇੱਕ ਵਾਰੀ ਫਿਰ ਇਹ ਅਪੀਲ ਕਰਦੇ ਹਾਂ ਕਿ ਕੱਲ੍ਹ ਜ਼ੁਹਰ ਦੀ ਨਮਾਜ਼ ਤੋਂ ਬਾਅਦ ਸਰਹੰਦੀ ਗੇਟ ਇਨਸ਼ਾਅੱਲਾ ਇੱਕ ਕਾਊਂਟਰ ਸ਼ੁਰੂ ਕੀਤਾ ਜਾ ਰਿਹਾ ਜਿੱਥੇ ਫਿਲਸਤੀਨ ਦੇ ਮਜ਼ਲੂਮ ਲੋਕਾਂ ਵਾਸਤੇ ਏਡ ਭੇਜੀ ਜਾਏਗੀ। ਤੁਸੀਂ ਆਪਣਾ ਕੈਸ਼ ਉੱਥੇ ਜਮ੍ਹਾਂ ਕਰਵਾ ਸਕਦੇ ਹੋ, ਆਪਣਾ ਜ਼ਕਾਤ ਵਿਤਰ ਜ਼ਕਾਤ, ਇਮਦਾਦ ਔਰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਪੈਸੇ ਉੱਥੇ ਜਮ੍ਹਾਂ ਕਰਵਾ ਸਕਦੇ ਹੋ ਜੋ ਕਿ ਫਿਲਸਤੀਨ ਦੇ ਮਜ਼ਲੂਮਾਂ ਤੱਕ ਇਨਸ਼ਾਅੱਲਾ ਸਹੀ ਜ਼ਰੀਏ ਦੇ ਰਾਹੀਂ ਉੱਥੇ ਭੇਜਿਆ ਜਾਊਗਾ। ਔਰ 5 ਤਰੀਕ ਨੂੰ ਇੱਕੋ ਹੀ ਕਾਊਂਟਰ ਲੱਗੇਗਾ ਸਰੰਦੀ ਗੇਟ ਦੇ ਵਿੱਚ, ਉਹ ਸਿਰਫ ਕੈਸ਼ ਹੀ ਉੱਥੇ ਜਮ੍ਹਾਂ ਕਰਾਉਣਾ, ਕੋਈ ਵੀ ਉੱਥੇ ਰਾਸ਼ਨ ਜਾਂ ਕੋਈ ਵੀ ਕੱਪੜੇ ਵਗੈਰਾ ਉੱਥੇ ਨਾ ਜਮ੍ਹਾਂ ਕਰਾਏ ਜਾਣ, ਕਿਉਂਕਿ ਜਿਹੜੇ ਜ਼ਰੀਏ ਰਾਹੀਂ ਅਸੀਂ ਇੱਥੇ ਇਹ ਮਦਾਦ ਭੇਜਣੀ ਹੈ ਜੋ ਸਰਕਾਰੀ ਇੱਕ ਜ਼ਰੀਏ ਰਾਹੀਂ ਫਲਸਤੀਨ ਦੇ, ਉਹ ਉਹਨਾਂ ਦੇ ਵੱਲੋਂ ਇਹੀ ਡਿਮਾਂਡ ਕੀਤੀ ਗਈ ਹੈ ਕਿ ਜੋ ਵੀ ਮਦਾਦ ਵਗੈਰਾ ਭੇਜੀ ਜਾਵੇ ਉੱਥੇ ਤਾਂ ਉਹ ਸਿਰਫ ਕੈਸ਼ ਦੇ ਵਿੱਚ ਹੀ ਉੱਥੇ ਜਮ੍ਹਾਂ ਕਰਵਾਉਣੀ। ਇਸ ਲਈ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਫਲਸਤੀਨ ਦੇ ਉਹਨਾਂ ਮਜ਼ਲੂਮ ਲੋਕਾਂ ਵਾਸਤੇ ਅਸੀਂ ਵੱਧ ਤੋਂ ਵੱਧ ਅੱਗੇ ਆਈਏ, ਆਪਣਾ ਵੱਧ ਤੋਂ ਵੱਧ ਇਹਦੇ ਵਿੱਚ ਤਾਬੁਨ ਕਰੀਏ। ਔਰ ਇਨਸ਼ਾਅੱਲਾ ਸਾਰਿਆਂ ਨੂੰ ਦੁਬਾਰਾ ਅਪੀਲ ਕਰਦੇ ਹਾਂ ਕਿ 5 ਤਰੀਕ ਨੂੰ ਨਮਾਜ਼ ਜੁਮਾ ਤੋਂ ਬਾਅਦ ਸਰੰਦੀ ਗੇਟ ਸਾਰੇ ਲੋਕ ਇਕੱਠੇ ਹੋਈਏ ਤਾਂ ਕਿ ਆਪਾਂ ਸਾਰੇ ਇਕੱਠੇ ਹੋ ਕੇ ਮਿਲ ਕੇ ਅਸੀਂ ਆਵਾਜ਼ ਬੁਲੰਦ ਕਰ ਸਕੀਏ ਔਰ ਦਿਖਾ ਸਕੀਏ ਵੀ ਮੁਸਲਮਾਨ ਸੁੱਤਾ ਨਹੀਂ ਪਿਆ, ਮੁਸਲਮਾਨ ਮੁਰਦਾ ਦਿਲ ਨਹੀਂ ਹੋ ਚੁੱਕਿਆ, ਕਿ ਜਿੱਥੇ ਸਾਡੇ ਮੁਸਲਮਾਨ ਭਾਈਆਂ ਦੇ ਉੱਪਰ ਜ਼ੁਲਮ ਹੋ ਰਿਹਾ, ਕਤਲੋ ਗਾਰਤ ਹੋ ਰਹੀ ਹੈ, ਕਿ ਅਸੀਂ ਉੱਥੇ ਖੜ ਕੇ ਉਹਦੇ ਖਿਲਾਫ਼ ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ। ਇਨਸ਼ਾਅੱਲਾ ਦੁਬਾਰਾ ਅਪੀਲ ਕਰ ਦਾਂਗੇ 5 ਤਰੀਕ ਨੂੰ ਇਨਸ਼ਾਅੱਲਾ ਜੁਮੇ ਦੀ ਨਮਾਜ਼ ਤੋਂ ਬਾਅਦ ਸਰੰਦੀ ਗੇਟ ਸਾਰੇ ਭਰਾਵਾਂ ਨੇ ਪਹੁੰਚਣਾ ਔਰ ਇਹ ਜਿਹੜੇ ਕਾਊਂਟਰ ਨੇ ਇਹ ਵੀ 5 ਤਰੀਕ ਅਸਰ ਦੀ ਨਮਾਜ਼ ਤੱਕ ਇਨਸ਼ਾਅੱਲਾ ਇਹ ਕਾਊਂਟਰ ਲੱਗੂਗਾ, ਉਸ ਤੋਂ ਬਾਅਦ ਬੰਦ ਕਰ ਦਿੱਤਾ ਜਾਊਗਾ, ਉਸ ਤੋਂ ਬਾਅਦ ਇਹ ਮਦਾਦ ਉੱਥੇ ਪਹੁੰਚਾ ਦਿੱਤੀ ਜਾਊਗੀ। ਜਜ਼ਾਕ ਅੱਲਾ, ਅਸਲਾਮੁ ਅਲੈਕੁਮ ਰਹਿਮਤੁਲਾਹ ਵਬਰਕਾਤੁਹ।